ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ, ਬਾਲਾ ਪ੍ਰੀਤਮ ਦਾਤਾਰ ਪਿਤਾ, ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਪੁਰਬ ਦਿਹਾੜਾ, ਸਤਿਗੁਰ ਦੀ ਅਪਾਰ ਮਿਹਰਮ ਸਦਕਾ ਆਪ ਜੀ ਬੜੇ ਉਤਸ਼ਾਹ ਨਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਮਨਾ ਰਹੇ ਹੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਉਪਦੇਸ਼ ਹੈ, ਸਾ ਧਰਤੀ ਪਈ ਹਰਿਆਵਲੀ, ਜਿੱਥੈ ਮੇਰਾ ਸਤਿਗੁਰ ਬੈਠਾ ਜਾਏ, ਸੇ ਜੰਤ ਪਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਆਏ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰ ਜਣਿਆ ਮਾਏ। ਧੰਨ ਧੰਨ ਪਿਤਾ, ਧੰਨ ਸਾਹਿਬ ਸ਼੍ਰੀ ਗੁਰੂ ਹਰਿ ਰਾਏ ਪਾਤਸ਼ਾਹ ਜੀ, ਧੰਨ ਧੰਨ ਮਾਤਾ, ਮਾਤਾ ਸਤਿਕਾਰਯੋਗ ਗੁਰੂ ਕੇ ਮਹਿਲ, ਮਾਤਾ ਕ੍ਰਿਸ਼ਨ ਕੌਰ ਜੀ, ਤਿੰਨਾਂ ਦੇ ਗ੍ਰਹਿ ਵਿਖੇ ਸਤਿਗੁਰੂ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ, ਬਾਲਾ ਪ੍ਰੀਤਮ ਅਸ਼ਟਮ ਬਲਬੀਰਾ ਸਤਿਗੁਰੂ ਪਾਤਸ਼ਾਹ ਜੀ ਦੀ ਆਮਦ ਜਿਹੜੀ ਹੈ ਸਾਧ ਸੰਗਤ ਜੀ, ਉਹ 1656 ਈਸਵੀ ਨੂੰ ਪਾਵਨ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਹੁੰਦੀ ਹੈ। ਸਾਹਿਬ ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ, ਸਤਿਗੁਰਾਂ ਦੀ ਆਰਬਲਾ। ਜੇ ਸੰਸਾਰਿਕ ਤਲ 'ਤੇ ਅਸੀਂ ਸਾਰੀ ਆਰਬਲਾ ਦਾ ਜ਼ਿਕਰ ਕਰੀਏ, ਤਾਂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੀ ਆਰਬਲਾ ਮਹਿਜ਼ ਤਕਰੀਬਨ 7.5-8 ਸਾਲ ਦੇ ਕਰੀਬ ਬਣਦੀ ਹੈ। ਪਰ ਮੇਰੇ ਸਤਿਗੁਰ ਪਾਤਸ਼ਾਹ ਜੀ ਨੇ ਮਿਹਰਮਤ ਕਰਕੇ ਆਪਣੇ ਜੀਵਨ ਕਾਲ ਦੇ ਅੰਦਰ ਜੋ ਬਖਸ਼ਿਸ਼ਾਂ ਕੀਤੀਆਂ ਨੇ, ਅੱਜ ਆਪਾਂ ਸਾਰੇ ਉਹਨਾਂ ਬਖਸ਼ਿਸ਼ਾਂ ਨੂੰ ਸਮਝਣ ਦੇ ਲਈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਗੋਦ ਵਿੱਚ ਜੁੜ ਬੈਠੇ ਹਾਂ। ਸਾਹਿਬ ਧੰਨ ਗੁਰੂ ਹਰਿ ਰਾਏ ਪਾਤਸ਼ਾਹ ਜੀ ਸਤਿਗੁਰਾਂ ਦੇ ਦੋ ਸਪੁੱਤਰ ਨੇ, ਬਾਬਾ ਰਾਮ ਰਾਏ ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ। ਆਪ ਸੰਗਤ ਵਿੱਚੋਂ ਜਿਹੜੇ ਗੁਰਮੁਖ ਸੱਜਣ ਇਤਿਹਾਸ ਨਾਲ ਸਾਂਝ ਪਾਉਣ ਵਾਲੇ ਨੇ, ਆਪ ਭਲੀ ਭਾਂਤ ਜਾਣਦੇ ਹੋ ਕਿ ਸਤਿਗੁਰੂ ਗੁਰੂ ਹਰਿ ਰਾਏ ਪਾਤਸ਼ਾਹ ਜੀ ਦੇ ਵੱਡੇ ਸਪੁੱਤਰ ਜੋ ਨੇ, ਬਾਬਾ ਰਾਮ ਰਾਏ ਜੀ, ਉਹ ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਤੋਂ ਤਕਰੀਬਨ ਜਿਹੜਾ ਉਹਨਾਂ ਦੀ ਆਰਬਲਾ ਦਾ ਵਕਫਾ ਬਣਦਾ ਹੈ, ਉਹ ਤਕਰੀਬਨ 5 ਸਾਲ ਵੱਡੇ ਸਨ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਤੋਂ। 11 ਕੁ ਸਾਲ ਦੀ ਉਮਰ ਸੀ ਬਾਬਾ ਰਾਮ ਰਾਏ ਦੀ, ਜਦੋਂ ਧੰਨ ਗੁਰੂ ਹਰਿ ਰਾਏ ਪਾਤਸ਼ਾਹ ਜੀ ਨੇ ਬਾਬਾ ਰਾਮ ਰਾਏ ਨੂੰ ਆਪਣੀਆਂ ਅਸੀਸਾਂ ਦੇ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਦਿੱਲੀ ਅੰਦਰ ਭੇਜਿਆ। ਇਹ ਸਾਧ ਸੰਗਤ ਜੀ ਕੋਈ ਪਹਿਲੀ ਵਾਰ ਨਹੀਂ ਸੀ ਹੋਇਆ। ਅਕਸਰ ਜਿਹੜੇ ਸੰਸਾਰ ਦੀ ਤਖਤ ਓ ਤਾਜ 'ਤੇ ਬੈਠੇ ਹੁੰਦੇ ਹੁਕਮਰਾਨ ਹੁੰਦੇ ਨੇ, ਉਹ ਕੰਨਾਂ ਦੇ ਬੜੇ ਕੱਚੇ ਹੁੰਦੇ ਨੇ। ਉਹਨਾਂ ਨੂੰ ਜਿਵੇਂ ਕੋਈ ਆ ਕੇ ਕਹਿ ਦਿੰਦਾ, ਉਹਨਾਂ ਨੂੰ ਉਹ ਚੀਜ਼ ਉਸੇ ਤਰੀਕੇ ਨਾਲ ਸੱਚ ਲੱਗਣੀ ਸ਼ੁਰੂ ਹੋ ਜਾਂਦੀ ਹੈ। ਪਰ ਸਿਆਣਾ ਹੁਕਮਰਾਨ ਉਹ ਹੁੰਦਾ ਹੈ, ਬਾਦਸ਼ਾਹ ਉਹ ਹੁੰਦਾ ਹੈ, ਜਿਹੜਾ ਆਪਣੇ ਸਮੇਂ ਦੇ ਅੰਦਰ ਕੀਤੀਆਂ ਹੋਈਆਂ ਗੱਲਾਂ ਨੂੰ ਭੋਖਦਾ ਹੈ ਅਤੇ ਉਹਨਾਂ ਨੂੰ ਭੋਖਣ ਤੋਂ ਬਾਅਦ ਕਿਸੇ ਨਿਰਣੇ 'ਤੇ ਪਹੁੰਚਦਾ ਹੈ। ਔਰੰਗਜ਼ੇਬ ਦੇ ਦਰਬਾਰ ਅੰਦਰ ਅਕਸਰ ਇਹ ਗੱਲਾਂ ਹੁੰਦੀਆਂ ਸਨ, ਜਿਹੜੇ ਕਾਜ਼ੀ ਸਨ,
ਮੁਲਾਣੇ ਸਨ, ਬ੍ਰਾਹਮਣ ਸਨ, ਉਹ ਅਕਸਰ ਇਹ ਗੱਲਾਂ ਦਰਬਾਰ ਵਿੱਚ ਕਰਦੇ ਸਨ ਕਿ ਜਿਹੜਾ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਕਾਰ ਇਸ ਘਰ ਦੇ ਅੰਦਰ ਪੜ੍ਹੇ ਜਾਣ ਵਾਲੇ ਕਲਾਮ ਭਾਵ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਅੰਦਰ ਮੁਹੰਮਦ ਸਾਹਿਬ ਜੀ ਦੇ ਬਾਬਤ ਜਾਂ ਇਸਲਾਮ ਦੇ ਬਾਬਤ ਬਹੁਤ ਕੁਝ ਮਾੜਾ ਲਿਖਿਆ ਗਿਆ। ਹਾਲਾਂਕਿ ਇਹ ਸਾਰੀਆਂ ਗੱਲਾਂ ਸਿਰਫ ਇਸ ਕਰਕੇ ਹੁੰਦੀਆਂ ਸਨ ਤਾਂ ਕਿ ਸਰਕਾਰ ਦੇ ਅੱਗੇ ਇਹਨਾਂ ਗੱਲਾਂ ਨੂੰ ਲਿਆ ਕੇ ਇਹਨਾਂ ਝੂਠੀਆਂ ਗੱਲਾਂ ਦਾ ਪ੍ਰਚਾਰ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਅਜ਼ਮਤ ਨੂੰ ਮੈਲਾ ਕੀਤਾ ਜਾ ਸਕੇ। ਐਸਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵਕਤ ਵੀ ਹੋਇਆ, ਔਰੰਗ ਜਿਸ ਵੇਲੇ ਬਾਦਸ਼ਾਹ ਅਕਬਰ ਹਿੰਦੁਸਤਾਨ ਦਾ ਬਾਦਸ਼ਾਹ ਸੀ। ਐਸਾ ਇੱਕ ਵਾਰ ਨਹੀਂ ਹੋਇਆ ਸਾਧ ਸੰਗਤ, ਇਹ ਪੜਾ ਧੰਨ ਗੁਰੂ ਹਰ ਰਾਏ ਪਾਤਸ਼ਾਹ ਜੀ ਦੇ ਵਕਤ ਵੀ ਸਮਾਂ ਆਇਆ ਅਤੇ ਬਾਬਾ ਰਾਮ ਰਾਏ ਨੂੰ ਦਿੱਲੀ ਤਖ਼ਤ 'ਤੇ ਸਤਿਗੁਰੂ ਗੁਰੂ ਹਰ ਰਾਏ ਪਾਤਸ਼ਾਹ ਜੀ ਨੇ ਭੇਜਿਆ। ਬਾਬਾ ਰਾਮ ਰਾਏ ਨੇ ਇਤਿਹਾਸ ਲਿਖਦਾ, ਮੈਂ ਉਸ ਪਾਸੇ ਬਹੁਤਾਤ ਵਿੱਚ ਨਹੀਂ ਜਾਣਾ ਚਾਹੁੰਦਾ, ਸਿਰਫ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀਆਂ ਇੱਕ ਦੋ ਗੱਲਾਂ ਉਹਨਾਂ ਦੇ ਜੀਵਨ ਵਿੱਚੋਂ ਆਪਾਂ ਸਮਝਣ ਦਾ ਯਤਨ ਕਰਨੇ ਤਾਂ ਕਿ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਨੂੰ ਸਮਝਣ ਦਾ ਆਪਾਂ ਜਿਹੜਾ ਅੱਜ ਯਤਨ ਕਰ ਰਹੇ ਹਾਂ ਉਹ ਕੋਈ ਕਿਣਕਾ ਮਾਤਰ ਸਾਡੇ ਜੀਵਨ ਦਾ ਆਧਾਰ ਬਣ ਜਾਏ। ਇਤਿਹਾਸ ਲਿਖਦੇ ਬਾਬਾ ਰਾਮ ਰਾਏ ਨੇ ਦਿੱਲੀ ਦੀ ਧਰਤੀ 'ਤੇ ਆ ਕੇ ਪਹਿਲੇ ਦਿਨ ਔਰੰਗਜ਼ੇਬ ਦੀਆਂ ਕਈਆਂ ਹੋਈਆਂ ਗੱਲਾਂ ਦਾ ਬੜੇ ਸੁਚੱਜੇ ਢੰਗ ਨਾਲ ਜਵਾਬ ਵੀ ਦਿੱਤਾ, ਪਰ ਜਦੋਂ ਬਾਦਸ਼ਾਹਾਂ ਦੇ ਮਹਿਲ ਦੇ ਵਿੱਚ ਉੱਚੇ ਮੁਨਾਰੇ 'ਤੇ ਸੋਹਣੇ ਤਖ਼ਤੋ ਤਾਜ, ਸੋਹਣਾ ਆਸਨ, ਸਾਰਾ ਸੰਸਾਰ ਦੇ ਸਾਧਨ, ਇਹਨਾਂ ਚੀਜ਼ਾਂ ਦੇ ਵਿੱਚ ਬਾਬਾ ਰਾਮ ਰਾਏ ਦਾ ਮਨ ਐਸਾ ਭਰਮਿਆ ਕਿ ਜਿਸ ਵੇਲੇ ਸਤਿਗੁਰ ਕੀ ਪਾਵਨ ਬਾਣੀ ਦਾ ਇੱਕ ਬਚਨ ਆਇਆ ਸਾਹਮਣੇ ਕਿ ਮਿੱਟੇ ਮੁਸਲਮਾਨ ਕੀ ਭੇੜੇ ਪਈ ਘੁਮਿਆਰ, ਚਾਹੀਦਾ ਤੇ ਸੀ ਕਿ ਬਾਬਾ ਰਾਮ ਰਾਏ ਇਸ ਪਾਵਨ ਅੱਖਰੀ ਇਸ ਪਾਵਨ ਪੰਕਤੀ ਦੇ ਅਰਥ ਸੁਚੱਜੇ ਢੰਗ ਨਾਲ ਕਰਦੇ, ਪਰ ਉਹਨਾਂ ਨੇ, ਕਿਉਂਕਿ ਜਦੋਂ ਮਨ ਕਿਸੇ ਦੀ ਖੁਸ਼ਾਮਦ ਵਿੱਚ ਆ ਜਾਏ, ਐਸਾ ਕੋਈ ਉਸ ਵਕਤ ਹੀ ਨਹੀਂ ਸਾਧ ਸੰਗਤ, ਅੱਜ ਦੇ ਅਜੋਕੇ ਸਮੇਂ ਦੇ ਅੰਦਰ ਵੀ ਅਸੀਂ ਵੇਖ ਸਕਦੇ ਹਾਂ। ਇੱਕ ਸਮੇਂ ਜਿਹੜੇ ਹਕੂਮਤ ਨੂੰ ਸਿੱਧੇ ਤੌਰ 'ਤੇ ਆਗੂ ਕੌਮ ਦਾ ਬਣ ਕੇ ਚੈਲੇਂਜ ਕਰਦੇ ਸਨ, ਜਿਹਦਨ ਉਹਨਾਂ ਦੇ ਸਾਹਮਣੇ ਕੋਈ ਗੱਲ ਆਉਂਦੀ ਉਹ ਫਿਰ ਉਹਨਾਂ ਹੀ ਹੁਕਮਰਾਨਾਂ ਦੀ ਗੋਦ ਵਿੱਚ ਜਾ ਕੇ ਬੈਠ ਜਾਂਦੇ ਨੇ। ਮੈਂ ਸਿਰਫ ਇੱਕ ਗੱਲ ਤੁਹਾਡੇ ਚਰਨਾਂ ਵਿੱਚ ਕਹਿ ਦਿਆਂ, ਅੱਜ ਜਦੋਂ ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨੀ ਅੰਦੋਲਨ ਚੱਲਿਆ ਸੀ, ਪਾਵਨ ਸ਼੍ਰੀ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਦਰਬਾਰ ਅੰਦਰ ਖੜ੍ਹੇ ਹੋ ਕੇ ਦਿੱਲੀ ਦੇ ਹੁਕਮਰਾਨ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਤੁਸੀਂ ਸਮਝਦਾਰ ਹੋ, ਉਹ ਗੱਲਾਂ ਬਹੁਤ ਅੱਗੇ ਨਿਕਲੀਆਂ। ਆਪ ਜੀ ਨੇ ਉਹਨਾਂ ਨੂੰ ਸਾਰੀਆਂ ਗੱਲਾਂ ਨੂੰ ਬੜੀ ਵਾਰ ਸੋਸ਼ਲ ਮੀਡੀਆ 'ਤੇ ਸੁਣਿਆ ਵੀ ਹੈ। ਦਿੱਲੀ ਦੇ ਤਖ਼ਤ 'ਤੇ ਆਗੂ ਬੈਠੇ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਦਰਬਾਰ ਅੰਦਰ ਕਹਿੰਦੇ ਨੇ ਕਿ ਅਸੀਂ ਇਹਨਾਂ ਦੀਆਂ ਝੋਲੀਆਂ ਵਿੱਚ ਬੈਠੇ ਹੋਏ ਨਹੀਂ, ਅਸੀਂ ਸੰਗਤ ਦੇ ਨਾਲ ਖੜ੍ਹੇ ਹੋਏ ਹਾਂ, ਅਸੀਂ ਉਹ ਗੱਲ ਕਰਾਂਗੇ ਜੋ ਗੁਰੂ ਕੇ ਘਰ ਦੇ ਅੰਦਰ ਸ਼ੋਭਦੀ ਹੈ। ਪਰ ਧਿਆਨ ਦੇਣਾ, ਜਿਹੜੇ ਸਮੇਂ ਦੀਆਂ ਸਰਕਾਰਾਂ ਨੂੰ ਵਾਸਤਾ ਪਾਉਂਦੇ ਸਨ, ਬੁਰਾ ਕਹਿੰਦੇ ਸਨ, ਜ਼ਾਲਮ ਕਹਿੰਦੇ ਸਨ, ਜਿਦਣ ਆਪਣੇ 'ਤੇ ਸਮਾਂ ਆਇਆ ਉਦਣ ਉਸੇ ਸਰਕਾਰ ਦੀ ਉਹਨਾਂ ਹੀ ਹੁਕਮਰਾਨਾਂ ਦੀ ਝੋਲੀ ਵਿੱਚ ਜਾ ਕੇ ਬਹਿ ਗਏ। ਸਤਿਗੁਰੂ ਪਾਤਸ਼ਾਹ ਜੀ ਦੇ ਇਹ ਗੱਲਾਂ ਕੋਈ ਸਾਧ ਸੰਗਤ ਜੀ ਕਿਸੇ ਇੱਕ ਸਮੇਂ ਵਿੱਚ ਵਾਪਰਨ ਵਾਲੀਆਂ ਨਹੀਂ, ਐਸਾ ਹੁੰਦਾ ਹੈ, ਹੋ ਰਿਹਾ ਅਤੇ ਹੋਵੇਗਾ। ਸਤਿਗੁਰੂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਉਹਨਾਂ ਦੀ ਅਰਬਲਾ ਉਸ ਵਕਤ ਤਕਰੀਬਨ 5.25 ਸਾਲ ਦੀ ਸੀ। ਬਾਬਾ ਰਾਮ ਰਾਏ ਜੀ ਗਏ, ਇਹ ਅਗਲੇ ਦਿਨ ਇਸ ਪੰਕਤੀ ਦੇ ਅਰਥ ਨਾ ਸਮਝਾ ਸਕੇ, ਬਲਕਿ ਇਹਨਾਂ ਨੇ ਇੱਕ ਅੱਖਰ ਬਾਣੀ ਦਾ ਬਦਲ ਦਿੱਤਾ
ਕਿ ਮਿੱਟੀ ਮੁਸਲਮਾਨ ਕੀ ਨਹੀਂ, ਇੱਥੇ ਸ਼ਬਦ ਮਿੱਟੀ ਬੇਈਮਾਨ ਕੀ ਹੈ। ਇਹ ਲਿਖਾਰੀ ਦੀ ਉਕਾਈ ਹੈ ਜਿਨ੍ਹਾਂ ਬਾਣੀ ਲਿਖੀ ਹੈ। ਸਤਿਗੁਰੂ ਗੁਰੂ ਹਰਿ ਪਾਤਸ਼ਾਹ ਜੀ ਨੂੰ ਪਤਾ ਲੱਗਾ, ਕਿਉਂਕਿ ਗੁਰੂ ਹਰਿ ਪਾਤਸ਼ਾਹ ਜੀ ਉਹਨਾਂ ਨੇ ਸੱਚ ਵਿੱਚ ਆਪਣੇ ਜੀਵਨ ਅੰਦਰ ਬਾਣੀ ਨਾਲ ਪ੍ਰੇਮ ਕਰਨਾ ਸਿਖਾਇਆ। ਸਿੱਖੋ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਪਿਆਰ ਕਿਵੇਂ ਕਰਨਾ ਹੈ। ਇਹ ਘਟਨਾ ਤੁਸੀਂ ਸਾਰੇ ਜਾਣਦੇ ਹੋ ਕਿ ਜਿਸ ਵਕਤ ਗੁਰੂ ਹਰਿ ਪਾਤਸ਼ਾਹ ਜੀ ਤਖ਼ਤ 'ਤੇ ਆਰਾਮ ਕਰ ਰਹੇ ਸਨ, ਸ਼ਾਮ ਦਾ ਵਕਤ, ਸਿੱਖ ਸੰਗਤਾਂ ਦੂਰੋਂ ਚੱਲ ਕੇ ਆਈਆਂ ਸ਼ਬਦ ਜੋਟੀਆਂ ਵਿੱਚ ਪੜ੍ਹਦੀਆਂ ਹੋਈਆਂ, ਸਾਹਿਬ ਗੁਰੂ ਹਰਿ ਪਾਤਸ਼ਾਹ ਜੀ ਦੇ ਕੰਨ ਵਿੱਚ ਬਾਣੀ ਦਾ ਸ਼ਬਦ ਪਿਆ ਅਤੇ ਸਤਿਗੁਰੂ ਜੀ ਬੜੀ ਜਲਦੀ ਨਾਲ ਉੱਠੇ ਮੰਜੇ ਤੋਂ। ਜਿਸ ਵੇਲੇ ਸਤਿਗੁਰੂ ਜੀ ਉੱਠੇ ਨੇ, ਮੰਜੇ ਦਾ ਪਾਵਾ ਸਤਿਗੁਰੂ ਦੇ ਗੋਡੇ ਵਿੱਚ ਲੱਗਦਾ ਹੈ ਅਤੇ ਸਿੱਖ ਕਹਿੰਦੇ ਨੇ, ਸਤਿਗੁਰੂ ਇੰਨੀ ਜਲਦੀ ਤੁਸੀਂ ਨਹੀਂ ਸੀ ਕਰਨੀ। ਪਾਤਸ਼ਾਹ ਕਹਿਣ ਲੱਗੇ, ਸਿੱਖ ਬਾਣੀ ਪੜ੍ਹ ਰਹੇ ਸਨ ਅਤੇ ਅੱਗੋਂ ਸਿੱਖ ਕਹਿੰਦਾ, ਸਤਿਗੁਰ ਬਾਣੀ ਵੀ ਤਾਂ ਤੁਹਾਡੀ ਹੈ ਨਾ। ਪਾਤਸ਼ਾਹ ਕਹਿਣ ਲੱਗੇ, ਨਹੀਂ, ਇਸ ਸਰੀਰ ਰਾਹੀਂ ਪ੍ਰਗਟ ਹੋਈਏ। ਪਰ ਪਾਤਸ਼ਾਹ ਕਹਿੰਦੇ ਨੇ, ਇਹ ਬਾਣੀ ਤੁਰਕੀ ਹੈ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇਹਨੂੰ ਪਾਤਸ਼ਾਹ ਕਹਿੰਦੇ ਨੇ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ ਲੋ। ਬਾਣੀ ਨਾਲ ਪ੍ਰੇਮ ਕਿਵੇਂ ਕਰਨਾ ਸਿੱਖ ਨੇ, ਇਹ ਗੁਰੂ ਹਰਿ ਪਾਤਸ਼ਾਹ ਜੀ ਨੇ ਸਿੱਖ ਨੂੰ ਵਾਰ ਵਾਰ ਆਪਣੇ ਜੀਵਨ ਵਿੱਚ ਦਰਸਾਇਆ ਹੈ। ਇੱਥੇ ਵੀ ਘਟਨਾ ਜਦੋਂ ਇਹ ਵਾਪਰੀ, ਸਤਿਗੁਰੂ ਗੁਰੂ ਹਰਿ ਪਾਤਸ਼ਾਹ ਜੀ ਦਾ ਵੱਡਾ ਪੁੱਤਰ ਹੈ ਬਾਬਾ ਰਾਮ ਰਾਏ, ਪਰ ਸਤਿਗੁਰ ਨੇ ਸਿੱਖ ਸੰਗਤਾਂ ਨੂੰ ਕਹਿ ਦਿੱਤਾ ਕਿ ਰਾਮ ਰਾਏ ਨੂੰ ਕਹਿ ਦਿਓ ਕਿ ਉਹਨਾਂ ਲਈ ਗੁਰੂ ਘਰ ਵਿੱਚ ਕੋਈ ਜਗ੍ਹਾ ਨਹੀਂ। ਜਿੱਧਰ ਉਹਨਾਂ ਨੇ ਮੂੰਹ ਕੀਤਾ, ਭਾਵ ਜੇ ਬਾਦਸ਼ਾਹ ਦੀ ਗੋਦ ਵਿੱਚ ਬਹਿ ਗਿਆ ਅਤੇ ਅੱਜ ਤੋਂ ਉਹ ਬਾਦਸ਼ਾਹ ਦੇ ਮਹਿਲਾਂ ਦੇ ਅੰਦਰ ਹੀ ਰਹੇ, ਗੁਰੂ ਘਰ ਦੇ ਅੰਦਰ ਉਹਦੇ ਲਈ ਕੋਈ ਥਾਂ ਨਹੀਂ। ਇਹੀ ਕਾਰਨ ਹੈ ਸਾਧ ਸੰਗਤ, ਸਤਿਗੁਰ ਪਾਤਸ਼ਾਹ ਜੀ ਨੇ ਬਾਅਦ ਵਿੱਚ ਇਸੇ ਚੀਜ਼ ਨੂੰ ਮਰਿਆਦਾ ਦੇ ਵਿੱਚ ਲਾਗੂ ਕੀਤਾ ਗਿਆ। ਜਦੋਂ ਪੰਥ ਨੇ ਮਰਿਆਦਾ ਤਿਆਰ ਕੀਤੀ, ਉੱਥੇ ਰਾਮ ਰਾਈਆਂ ਦਾ ਵੀ ਜ਼ਿਕਰ ਹੈ, ਜਿਹੜੇ ਰਾਮ ਰਾਏ ਨੂੰ ਗੁਰੂ ਮੰਨਣ ਵਾਲੇ ਸਨ, ਵੱਡਾ ਮੰਨਣ ਵਾਲੇ ਸਨ, ਉਹਨਾਂ ਨੂੰ ਵੀ ਸਤਿਗੁਰ ਮਰਿਆਦਾ ਦੇ ਅੰਦਰ ਪੰਥ ਨੇ ਆਖਿਆ ਵੀ ਇਹਨਾਂ ਦੇ ਨਾਲ ਰੋਟੀ ਅਤੇ ਬੇਟੀ ਦੀ ਸਾਂਝ ਨਹੀਂ ਕਰਨੀ। ਗੁਰੂ ਪਾਤਸ਼ਾਹ ਜੀ ਨੇ ਬਾਬਾ ਰਾਮ ਰਾਏ ਦੇ ਪ੍ਰਥਾਏ ਹੁਕਮ ਕੀਤਾ। ਇੱਧਰ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੂੰ ਸਤਿਗੁਰੂ ਗੁਰੂ ਹਰਿ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੀ ਜ਼ਿੰਮੇਦਾਰੀ ਦਿੱਤੀ। ਵੈਸੇ ਸਾਧ ਸੰਗਤ, ਬਚਪਨ ਦੀ ਇੱਕ ਘਟਨਾ ਸਤਿਗੁਰਾਂ ਦੇ ਜੀਵਨ ਨਾਲ ਸੰਬੰਧਿਤ ਵੀ ਹੈ ਕਿ ਕਾਬਲ ਤੋਂ ਸੰਗਤਾਂ ਆਈਆਂ ਅਤੇ ਜਾਣ ਲੱਗੀਆਂ ਅਤੇ ਗੁਰੂ ਹਰਿ ਸਾਹਿਬ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਸਿੱਖ ਸਤਿਗੁਰੂ ਬੜੇ ਸਾਲਾਂ ਬਾਅਦ ਸਮਾਂ ਬਣਿਆ, ਅਸੀਂ ਤੁਹਾਡੇ ਚਰਨਾਂ ਦੇ ਅੰਦਰ ਆ ਕੇ ਤੁਹਾਡੇ ਦਰਸ਼ਨ ਕੀਤੇ ਨੇ। ਸਤਿਗੁਰੂ ਪਤਾ ਨਹੀਂ ਮੁੜ ਕਦੋਂ ਦਰਸ਼ਨ ਹੋਣਗੇ, ਕਿਰਪਾ ਕਰੋ, ਤੁਹਾਡੇ ਦੋ ਸਪੁੱਤਰ ਨੇ ਗੱਦੀ ਅਤੇ ਗੁਰੂ ਘਰ ਵਿੱਚ ਹੀ ਰਹਿਣੀ ਹੈ ਨਾ, ਸਾਨੂੰ ਦਰਸ਼ਾ ਦਿਓ ਵੀ ਇਹਨਾਂ ਦੋਨਾਂ ਵਿੱਚੋਂ ਆਉਣ ਵਾਲੇ ਗੁਰੂ ਕਿਹੜੇ ਨੇ, ਤਾਂ ਕਿ ਜਿਸ ਵੇਲੇ ਅਸੀਂ ਜਾਈਏ, ਅੱਜ ਤੁਹਾਡੇ ਦੀਦਾਰ ਕੀਤੇ ਨੇ ਅਤੇ ਕੱਲ੍ਹ ਨੂੰ ਜਿਨ੍ਹਾਂ ਨੇ ਤਖ਼ਤ 'ਤੇ ਬਹਿਣਾ ਸੀ ਉਹਨਾਂ ਦੇ ਵੀ ਦੀਦਾਰ ਕਰ ਜਾਈਏ। ਸਾਹਿਬ ਗੁਰੂ ਹਰਿ ਪਾਤਸ਼ਾਹ ਜੀ ਨੇ ਕਿਹਾ, ਇਹ ਗੱਲ ਇੰਨੀ ਸੌਖੀ ਨਹੀਂ, ਨਿਰਣਾ ਤੁਸੀਂ ਆਪ ਕਰ ਸਕਦੇ ਹੋ। ਸਤਿਗੁਰੂ ਕਿਵੇਂ? ਪਾਤਸ਼ਾਹ ਕਹਿਣ ਲੱਗੇ, ਜਿਸ ਵਕਤ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਜਾਣਾ ਹੈ, ਸਵੇਰੇ ਅੰਮ੍ਰਿਤ ਵੇਲੇ ਬਾਣੀ ਜਦੋਂ ਬਾਬਾ ਰਾਮ ਰਾਏ ਜੀ ਪੜ੍ਹ ਰਹੇ ਹੋਣਗੇ ਔਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪੜ੍ਹਦੇ ਹੋਣਗੇ, ਜਿਹਨਾਂ ਮੰਜਿਆਂ 'ਤੇ ਬਹਿ ਕੇ ਬਾਣੀ ਪੜ੍ਹ ਰਹੇ ਹੋਣਗੇ, ਤੁਸੀਂ ਉਹਨਾਂ ਮੰਜਿਆਂ ਦੇ ਪਾਵਿਆਂ ਨੂੰ ਸੂਈ ਮਾਰ ਕੇ ਖੁਭੋ ਕੇ ਦੇਖਣਾ। ਜਿਸ ਮੰਜੇ ਦੇ ਪਾਵੇ ਅੰਦਰ ਸੂਈ ਸਹਿਜਤਾ ਨਾਲ ਖੁੱਭ ਜਾਏ, ਉਹ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਹੋਏਗਾ। ਇਹ ਕੋਈ ਅਤ ਕਥਨੀ ਨਹੀਂ ਸਾਧ ਸੰਗਤ, ਬਾਣੀ ਪੜ੍ਹਨ ਵਾਲੇ ਦਾ ਹਿਰਦਾ ਬੜਾ ਕੋਮਲ ਹੁੰਦਾ ਹੈ। ਸੱਚ ਵਿੱਚ ਉਹ ਜਿਸ ਥਾਂ 'ਤੇ ਬਹਿ ਕੇ ਬਾਣੀ ਪੜ੍ਹਦਾ ਹੈ, ਉਹ ਔਰਾ ਇੰਨਾ ਪਵਿੱਤਰ ਹੋ ਜਾਂਦਾ ਹੈ
ਕਿ ਜਿੱਥੇ ਬਾਣੀ ਬਹਿ ਕੇ ਪੜ੍ਹਦਾ ਉਹ ਥਾਂ ਸੱਚ ਵਿੱਚ ਗੁਰੂ ਕੀ ਬਾਣੀ ਨਾਲ ਅੰਮ੍ਰਿਤ ਨਾਲ ਭਰਪੂਰ ਹੋ ਜਾਂਦੀ ਹੈ। ਇਹ ਤੇ ਉਹ ਬਾਣੀ ਜਿਹਨੂੰ ਸਾਹਿਬ ਕਹਿੰਦੇ ਨੇ ਸੁੱਕੇ ਹਰੇ ਕੀਏ ਖਿਨ ਮਾਹੇ, ਇੱਥੇ ਉਹ ਬਾਣੀ ਜਿਹੜੇ ਸੁੱਕਿਆਂ ਹਿਰਦਿਆਂ ਨੂੰ ਵੀ ਹਰਾ ਕਰਦੀ ਹੈ। ਸਿੱਖ ਸੰਗਤਾਂ ਨੇ ਜਦੋਂ ਇਹ ਪ੍ਰਕਰਮ ਨਿਭਾਇਆ, ਗੁਰੂ ਹਰਕਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਨਤਮਸਤਕ ਹੋਏ, ਸਾਹਿਬ ਗੁਰੂ ਹਰ ਰਾਏ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਧੰਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਨੂੰ ਬਖਸ਼ੀ। ਮੈਂ ਸਿਰਫ ਇੱਕ ਦੋ ਘਟਨਾਵਾਂ ਦਾ ਜ਼ਿਕਰ ਕਰਨਾ, ਜ਼ਿਆਦਾ ਲੰਮੇਰੀ ਗੱਲ ਨਹੀਂ ਕਰਨੀ। ਸਾਧ ਸੰਗਤ, ਗੁਰੂ ਹਰ ਰਾਏ ਪਾਤਸ਼ਾਹ ਜੀ ਜਦੋਂ ਤਖ਼ਤ 'ਤੇ ਬੈਠੇ, ਇੱਕ ਤਾਂ ਪੰਡਿਤ ਲਾਲ ਚੰਦ ਦੀ ਘਟਨਾ ਆਪਾਂ ਸਾਰੇ ਜਾਣਦੇ ਹਾਂ, ਪੰਜੋਖੜੇ ਸਾਹਿਬ ਦੀ ਧਰਤੀ 'ਤੇ ਜਿਹੜੀ ਵਾਪਰੀ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀਆਂ ਵਡਿਆਈਆਂ, ਉਹ ਜਦੋਂ ਛੱਜੂ ਦੇ ਉੱਪਰ ਵਰਤੀਆਂ ਅਤੇ ਕਿਵੇਂ ਛੱਜੂ ਸਤਿਗੁਰ ਪਾਤਸ਼ਾਹ ਜੀ ਦੀ ਅਸੀਸ ਲੈ ਕੇ ਗੀਤਾ ਦੇ ਪਾਠ ਵੀ ਕਰਦਾ ਅਤੇ ਗੀਤਾ ਦੇ ਅਰਥ ਵੀ ਕਰਦਾ ਹੈ। ਕਿਉਂਕਿ ਜਦੋਂ ਗੁਰੂ ਕੀ ਅਜ਼ਮਤ ਵਰਤਦੀ ਹੈ ਜੀਵਨ ਦੇ ਵਿੱਚ, ਸਾਧ ਸੰਗਤ, ਮੇਰੇ ਸਤਿਗੁਰ ਕਹਿੰਦੇ ਨੇ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਗੀਤਾ, ਅੰਦਰੇ ਅੰਦਲੇ ਤ੍ਰਿਪਵਨ ਸੁਝਿਆ ਗੁਰਪੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਕੋਈ ਕੋਟ ਅੱਗ ਹਰੇ ਨਿਰਮਲ ਪਹਿਚਿਤਾ। ਗੁਰੂ ਇੰਨੀ ਬਖਸ਼ਿਸ਼ ਕਰਦਾ ਫਿਰ ਹਿਰਦਾ ਨਿਰਮਲ ਹੋ ਜਾਂਦਾ। ਅੱਜ ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਿੱਖ ਸੰਗਤਾਂ ਦੂਰੋਂ ਚੱਲ ਕੇ ਆਈਆਂ, ਜਦੋਂ ਸਤਿਗੁਰ ਤਖ਼ਤ 'ਤੇ ਬੈਠੇ ਨੇ, ਗੁਰਤਾ ਗੱਦੀ 'ਤੇ ਆਸੀਨ ਹੋਏ, ਇਹਨਾਂ ਵਿੱਚ ਇੱਕ ਚੋਰ ਸੀ ਜਸਵੰਤ ਰਾਏ। ਇਹ ਸੋਚਦਾ ਵੀ ਬੜੀ ਚੰਗੀ ਗੱਲ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਭੀੜ ਭੜਾਕਾ ਬੜਾ ਹੈ ਕੀਰਤਪੁਰ ਸਾਹਿਬ ਦੀ ਧਰਤੀ 'ਤੇ, ਚੋਰੀ ਕਰਨੀ ਸੌਖੀ ਹੋ ਜਾਏਗੀ, ਕਿਸੇ ਦਾ ਧਨ, ਕਿਸੇ ਦਾ ਸਮਾਨ, ਕਿਸੇ ਦੀਆਂ ਹੋਰ ਚੀਜ਼ਾਂ, ਸਹਿਜੇ ਹੀ ਮੈਂ ਚੰਗੀ ਮਾਇਆ ਕਮਾ ਕੇ ਚੋਰੀ ਕਰਕੇ ਘਰ ਪਰਤਾਂਗਾ। ਇਹ ਸੰਗਤ ਦੇ ਵਿੱਚ ਚਲਾ ਗਿਆ, ਇਹਨੇ ਆਪਣਾ ਕਰਮ ਸ਼ੁਰੂ ਕੀਤਾ। ਸਤਿਗੁਰੂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਕੋਲੋਂ ਖਬਰਾਂ ਪਹੁੰਚੀਆਂ ਵੀ ਸਤਿਗੁਰੂ, ਸੰਗਤ ਦਾ ਸਮਾਨ ਚੋਰੀ ਹੋ ਰਿਹਾ ਹੈ, ਕਿਸੇ ਦਾ ਧਨ, ਕਿਸੇ ਦਾ ਸਮਾਨ, ਕਿਸੇ ਦੀਆਂ ਵਸਤੂਆਂ। ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਚੁੱਪ ਰਹੇ ਸੰਗਤ ਦੇ ਵਿੱਚ। ਹੁਣ ਜਸਵੰਤ ਰਾਏ ਮਨ 'ਚ ਸੋਚਦਾ ਵੀ ਮੈਂ ਜੇਕਰ ਇੱਥੇ ਕਿਤੇ ਐਸਾ ਨਾ ਹੋਵੇ, ਕਿਸੇ ਦੀ ਨਿਗਾਹ ਵਿੱਚ ਆ ਜਾਵਾਂ, ਕਿੰਨਾ ਚੰਗਾ ਹੋਵੇ ਜੇ ਮੈਂ ਗੁਰੂ ਦੇ ਸਾਹਮਣੇ ਬੈਠਾਂ, ਨੇੜੇ ਬੈਠਾਂ ਅਤੇ ਗੁਰੂ ਦੇ ਦੀਦਾਰ ਕਰਦੇ ਹਾਂ, ਤਾਂ ਕਿ ਮੇਰੇ ਦੇ ਉੱਪਰ ਕਿਸੇ ਦੀ ਨਿਗਾਹ ਸ਼ੱਕ ਨਾ ਮੇਰੇ 'ਤੇ ਪ੍ਰਗਟ ਹੋਵੇ। ਇਹ ਸੱਚ ਸਤਿਗੁਰੂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਦੀਦਾਰ ਕਰਨ ਦੇ ਲਈ ਸਤਿਗੁਰਾਂ ਦੇ ਸਨਮੁੱਖ ਗਿਆ ਹੈ। ਸੰਗਤ ਵਿੱਚ ਜਾਂਦੇ ਆ, ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਕੋਲੋਂ ਜਾ ਕੇ ਨਤਮਸਤਕ ਹੋਇਆ ਨਾ, ਮੱਥਾ ਟੇਕਿਆ, ਅਤੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਨੇ ਇਹਦੇ ਵੱਲ, ਸਤਿਗੁਰ ਪਾਤਸ਼ਾਹ ਜੀ ਕੋਲੋਂ ਜਿਹੜੀ ਛੜੀ ਸੀ ਸਤਿਗੁਰ ਨੇ ਇਹਦੇ ਮੱਥੇ 'ਤੇ ਰੱਖ ਕੇ ਇੱਕ ਗੱਲ ਕਹੀ। ਸਾਹਿਬ ਕਹਿਣ ਲੱਗੇ, ਚੋਰ ਕੀ ਹਾਮਾ ਭਰੈ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਇਹ ਜਸਵੰਤ ਰਾਏ, ਚੋਰ ਦੀ ਹਾਮਾ 'ਤੇ ਕੋਈ ਇਸ ਮੁਲਕ ਵਿੱਚ, ਇਸ ਜਗਤ ਵਿੱਚ ਨਹੀਂ ਭਰਦਾ। ਸੱਚ ਵਿੱਚ ਜਿਹਨੇ ਸਾਰੀ ਜ਼ਿੰਦਗੀ ਚੋਰੀਆਂ ਕੀਤੀਆਂ ਹੋਣ, ਹੁੰਦੀ ਜਾਮਣੀ ਗੁਰੂ ਦੇ ਮਹਿਲਾਂ ਦੇ ਵਿੱਚ, ਮਰਨ ਤੋਂ ਬਾਅਦ ਕਿਵੇਂ ਭਰੇਗਾ ਕੋਈ। ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਬਚਨ ਸੁਣੇ ਨੇ, ਇਹਨੂੰ ਪ੍ਰਤੀਤ ਹੋਇਆ ਵੀ ਇਹ ਬਚਨ ਸ਼ਾਇਦ ਸਤਿਗੁਰਾਂ ਨੇ ਮੇਰੇ ਲਈ ਕਹੇ ਨੇ। ਇਹਨੂੰ ਪਤਾ ਲੱਗ ਗਿਆ ਵੀ ਚੋਰੀ ਅਤੇ ਕਰਮ ਮੇਰਾ ਹੈ। ਸਾਹਿਬਾਂ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਕਹਿੰਦਾ, ਸਤਿਗੁਰੂ ਮਨ ਭੁੱਲਿਆ ਸੀ, ਭਟਕਿਆ ਸੀ, ਅੱਜ ਤੋਂ ਬਾਅਦ ਕਦੀ ਚੋਰੀ ਵੱਲ ਇਸ ਕਰਮ ਨੂੰ ਤਰਜੀਹ ਨਹੀਂ ਦੇਵਾਂਗਾ। ਇਹ ਭਲਾ ਪੁਰਖ ਬਣਿਆ ਜਸਵੰਤ ਰਾਏ, ਇਹਨੇ ਸਤਿਗੁਰ ਦੀ ਅਸੀਸ ਲੈ ਕੇ ਧੰਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਿੱਖ ਸੰਗਤਾਂ ਦੀ ਸੇਵਾ ਨਿਭਾਈ, ਜਿੰਦਾ ਜਿੰਦਾ ਜੋ ਕੁਝ ਚੋਰੀ ਕੀਤਾ ਸੀ ਉਹਨੂੰ ਵਾਪਸ ਕੀਤਾ।
ਐਸੀਆਂ ਬਖਸ਼ਿਸ਼ਾਂ ਵਰਤਦੀਆਂ ਨੇ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਆਸੀਸ ਮਿਲਦੀ ਹੈ। ਸਾਧ ਸੰਗਤ, ਇੱਕ ਬ੍ਰਾਹਮਣ ਜਿਹਦਾ ਨਾਮ ਉਸ ਵਕਤ ਇਤਿਹਾਸ ਵਿੱਚ ਆਇਆ ਬਸੰਤਰ ਨਾਮ ਦਾ ਇਹ ਦਵਿਜ ਬ੍ਰਾਹਮਣ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿੱਚ ਆਇਆ। ਇਹਨੂੰ ਸਾਧ ਸੰਗਤ ਜੀ ਜਿਹੜਾ ਰੋਗ ਸੀ, ਕੁਸ਼ਟ ਦਾ ਰੋਗ ਸੀ, ਅਤੇ ਇਹ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਇਆ ਵੀ ਸਤਿਗੁਰ ਕਿਰਪਾ ਕਰੋ, ਮੇਰੇ 'ਤੇ ਬਖਸ਼ਿਸ਼ ਕਰੋ, ਮੇਰਾ ਕੁਸ਼ਟ ਦਾ ਰੋਗ ਠੀਕ ਹੋ ਜਾਏ। ਇਹ ਅਸਲ ਵਿੱਚ ਸਾਧ ਸੰਗਤ ਜੀ ਜਿਸ ਦਿਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤਖ਼ਤ 'ਤੇ ਆਸੀਨ ਹੋਏ ਸੀ ਨਾ ਕੁਰਤਾ ਗੱਦੀ 'ਤੇ, ਇਹ ਪਹਿਲੀ ਚਾਲ ਸੀ ਬ੍ਰਾਹਮਣਾਂ ਦੀ ਜਦੋਂ ਸਤਿਗੁਰੂ ਜੀ ਪਾਲਕੀ ਵਿੱਚ ਸਵਾਰ ਹੋ ਕੇ ਮਹਿਲਾਂ ਤੋਂ ਨਿਕਲੇ ਅਤੇ ਸੰਗਤ ਵਿੱਚ ਜਾਣ ਲੱਗੇ। ਇਹਨਾਂ ਨੇ ਕੁਸ਼ਟ ਰੋਗ ਦੇ ਨਾਲ ਇੱਕ ਇਨਸਾਨ ਨੂੰ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਪਾਲਕੀ ਦੇ ਅੱਗੇ ਬਿਠਾ ਦਿੱਤਾ ਅਤੇ ਨਾਲ ਕਿਹਾ ਵੀ ਉਨੀ ਦੇਰ ਨਾ ਉੱਠੀ ਜਿੰਨੀ ਦੇਰ ਤੱਕ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੈਨੂੰ ਠੀਕ ਨਹੀਂ ਕਰ ਦਿੰਦੇ। ਇਹਨਾਂ ਦਾ ਮਨਸਾ ਇਹ ਸੀ ਵੀ ਬਾਲਕ ਏ, ਭਲਾ ਇਹ ਕੀ ਆਖੇਗਾ, ਇਹ ਕੀ ਕਰ ਸਕਦਾ, ਇਹ ਤਾਂ ਬਾਲਪਨ 5.5 ਸਾਲ ਦੀ ਉਮਰ 'ਤੇ ਗੁਰੂ ਬਣ ਗਿਆ, ਇਹ ਤਾਂ ਬੱਚਾ ਹੈ ਛੋਟਾ ਜਿਹਾ, ਇਹ ਕੀ ਕਰੇਗਾ। ਪਰ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਪਾਲਕੀ ਤੋਂ ਉਤਰੇ, ਸਤਿਗੁਰ ਨੇ ਇਹਨੂੰ ਗਲਵਕੜੀ ਵਿੱਚ ਲਿਆ। ਜਿਹੜਾ ਦਵਾਖਾਨਾ ਗੁਰੂ ਹਰਿ ਸਾਹਿਬ ਜੀ ਨੇ ਸ਼ੁਰੂ ਕੀਤਾ ਸੀ, ਸਤਿਗੁਰ ਜੀ ਅਸੀਸਾਂ ਦਿੰਦੇ ਨੇ, ਇਹਨੂੰ ਕਹਿੰਦੇ ਨੇ ਤੇਰਾ ਰੋਗ ਠੀਕ ਹੋਏਗਾ, ਤੂੰ ਗੁਰੂ 'ਤੇ ਭਰੋਸਾ ਰੱਖ। ਸਤਿਗੁਰ ਪਾਤਸ਼ਾਹ ਜੀ ਆਪਣੇ ਨਾਲ ਦਵਾਖਾਨੇ ਵਿੱਚ ਲੈ ਕੇ ਇਹਦਾ ਉਪਚਾਰ ਕਰਦੇ ਨੇ, ਇਹਦਾ ਰੋਗ ਠੀਕ ਹੁੰਦਾ ਹੈ। ਇਹ ਕੁਸ਼ਟ ਰੋਗ ਨਾਲ ਗ੍ਰਸਤ ਬਸੰਤਰ ਨਾਮ ਦਾ ਬ੍ਰਾਹਮਣ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿੱਚ ਆਇਆ, ਇਹਨੇ ਬੇਨਤੀ ਕੀਤੀ ਅਤੇ ਮੇਰੇ ਸਾਹਿਬ ਜੀ ਨੇ ਬਖਸ਼ਿਸ਼ ਭਰੇ ਬਚਨ ਆਖੇ ਬਸੰਤਰ ਨਾਮ ਦੇ ਇਸ ਬ੍ਰਾਹਮਣ ਨੂੰ ਕਿ ਬ੍ਰਾਹਮਣ ਜੀ ਇਹ ਰੋਗ ਤੇ ਸਰੀਰ ਦਾ ਰੋਗ ਏ, ਉਪਚਾਰ ਕਰਾਂਗੇ ਤੇ ਠੀਕ ਹੋ ਜਾਏਗਾ, ਪਰ ਜਿਹੜਾ ਰੋਗ ਤੁਹਾਡੇ ਅੰਦਰ ਏ, ਜਿਹੜੇ ਰੋਗ ਨੇ ਸਾਰੇ ਸਮਾਜ ਨੂੰ ਕੁਸ਼ਟ ਨਾਲ ਭਰਿਆ ਪਿਆ ਹੈ, ਉਹ ਰੋਗ, ਸਮਾਜ ਦਾ ਰੋਗ ਤੁਸੀਂ ਠੀਕ ਕਰ ਸਕਦੇ ਹੋ। ਉਹ ਕਿਹੜਾ ਰੋਗ ਸਤਿਗੁਰ ਜੀ? ਪੰਡਿਤ ਬ੍ਰਾਹਮਣ ਕਹਿਣ ਲੱਗਾ, ਸਤਿਗੁਰ ਕਹਿਣ ਲੱਗੇ, ਉਹ ਰੋਗ ਹੈ ਜਿਹੜੀ ਸਮਾਜ ਦੇ ਅੰਦਰ ਤੁਸੀਂ ਵਰਨ ਵੰਡ ਪੈਦਾ ਕੀਤੀ ਹੈ ਵੀ ਆਹ ਬ੍ਰਾਹਮਣ ਹੈ, ਆਹ ਖੱਤਰੀ, ਆ ਸ਼ੂਦਰ ਹੈ, ਆ ਵੈਸ਼ ਹੈ। ਇਹ ਜਿਹੜੀ ਸਮਾਜ ਦੇ ਅੰਦਰ ਵਰਨ ਵੰਡ ਹੈ, ਸਾਹਿਬ ਕਹਿਣ ਲੱਗੇ ਇਹ ਵੀ ਇੱਕ ਕੁਸ਼ਟ ਦੇ ਰੋਗ ਦੀ ਤਰ੍ਹਾਂ ਹੈ। ਪੰਡਿਤ ਜੀ ਇਹਨੂੰ ਦੂਰ ਕਰਨ ਦੇ ਉੱਦਮ ਵੀ ਕਰੋ, ਸਰੀਰ ਦਾ ਰੋਗ ਠੀਕ ਹੋ ਜਾਏਗਾ। ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਅਸੀਸ ਲੈ ਕੇ ਇਹ ਬਸੰਤਰ ਨਾਮ ਦਾ ਬ੍ਰਾਹਮਣ ਠੀਕ ਹੋ ਕੇ ਗਿਆ। ਮੁੜ ਸਤਿਗੁਰ ਦੇ ਚਰਨਾਂ ਦੀ ਅਸੀਸ ਲੈ ਕੇ ਇਹ ਗੁਰੂ ਘਰ ਦਾ ਪ੍ਰਚਾਰਕ ਬਣਿਆ। ਇਹਨੇ ਸਤਿਗੁਰ ਦੀ ਅਸੀਸ ਲੈ ਕੇ ਇਸ ਵਰਨ ਵੰਡ ਦੇ ਖਿਲਾਫ ਬੜੀ ਵੱਡੀ ਮੁਹਿੰਮ ਚਲਾਈ ਔਰ ਸੱਚ ਵਿੱਚ ਜਿੱਥੇ ਜਿੱਥੇ ਇਹ ਗਿਆ ਪ੍ਰਚਾਰ ਕਰਦੇ ਆ ਲੋਕਾਂ ਨੂੰ, ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ, ਇਹ ਪਾਵਨ ਉਪਦੇਸ਼ ਦ੍ਰਿੜ ਕਰਾਉਂਦਾ ਗਿਆ। ਐਸੇ ਸਨ ਮੇਰੇ ਧੰਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ, ਜਿਨ੍ਹਾਂ ਦੀਆਂ ਅਸੀਸਾਂ ਲੈਣ ਲਈ ਆਪ ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ। ਆਓ ਸਾਰੇ ਰਲ ਕੇ ਇੱਕ ਵਾਰੀ ਇਹਨਾਂ ਪਾਵਨ ਪੰਕਤੀਆਂ ਨੂੰ ਆਪਾਂ ਰਲ ਮਿਲ ਕੇ ਪੜ੍ਹ ਲਈਏ, ਜਿਨ੍ਹਾਂ ਨੂੰ ਅਸੀਂ ਰੋਜ਼ ਅਰਦਾਸ ਵਿੱਚ ਪੜ੍ਹਦੇ ਹਾਂ। ਸ਼੍ਰੀ ਹਰਿ ਕ੍ਰਿਸ਼ਨ ਧਿਆਇਐ, ਸ਼੍ਰੀ ਹਰਿ ਕ੍ਰਿਸ਼ਨ ਧਿਆਇਐ, ਸ਼੍ਰੀ ਹਰਿ ਕ੍ਰਿਸ਼ਨ ਧਿਆਇਐ, ਸ਼੍ਰੀ ਹਰਿ ਕ੍ਰਿਸ਼ਨ ਧਿਆਇਐ, ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ। ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਿਹਰਮਤ ਕਰਨ, ਆਪਣੇ ਪਾਵਨ ਜੀਵਨ ਨੂੰ ਸਮਝਣ ਦੀ ਦਾਤ
ਬਾਣੀ ਅਨੁਸਾਰ ਜੀਵਨ ਜਿਉਣ ਦੀ ਦਾਤ ਬਖਸ਼ਣ। ਕਰੋ ਕਿਰਪਾ, ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।